ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਦਾਅਵੇ ਨੇ ਕਿ ਭਗਵਾਨਪੁਰਾ 'ਚ 2 ਸਾਲ ਦੇ ਮਾਸੂਮ ਫਤਿਹਵੀਰ ਦੀ ਮੌਤ ਦੇ ਦੁਖਾਂਤ ਦੇ ਬਾਅਦ ਉਹਨਾਂ ਵੱਲੋਂ ਪੂਰੇ ਪੰਜਾਬ 'ਚ ਸਾਰੇ ਬੋਰਵੈੱਲ ਬੰਦ ਕਰਵਾ ਦਿੱਤੇ ਗਏ ਨੇ, ਉੱਥੇ ਉਹਨਾਂ ਦਾਅਵਿਆਂ ਨੂੰ ਝੂਠ ਦੱਸਦੀਆਂ ਇਹ ਤਸਵੀਰਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਦੀਆਂ ਨੇ, ਜਿੱਥੇ ਸ਼ਰੇਆਮ ਖੁੱਲ੍ਹਾ ਇਹ ਬੋਰਵੈੱਲ ਕਿਸੇ ਹੋਰ ਹਾਦਸੇ ਨੂੰ ਖੁਦ ਬ ਖੁਦ ਬੁਲਾਵਾ ਦੇ ਰਿਹਾ। ਇਸ ਦੀ ਗਹਿਰਾਈ ਵੀ ਤੁਸੀਂ ਦੇਖ ਸਕਦੇ ਹੋ ਜੋ ਘੱਟ ਨਹੀਂ ਜਾਪ ਰਹੀ। ਇਸ ਬਾਰੇ ਆਮ ਲੋਕਾਂ ਅਤੇ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਸਰਕਾਰ ਤਾਂ ਇਸ ਮੁੱਦੇ ਨੂੰ ਲੈ ਕੇ ਜ਼ਰੂਰ ਗੰਭੀਰ ਹੈ, ਪਰ ਜਿਹੜੇ ਕੁਰਸੀਆਂ 'ਤੇ ਵਿਰਾਜਮਾਨ ਅਫਸਰ ਨੇ ਉਹ ਪੰਜਾਬ ਦੀ ਸਰਕਾਰ ਨੂੰ ਗਲਤ ਰਿਪੋਰਟਾਂ ਭੇਜ ਕੇ ਇਹ ਬੋਰਵੈੱਲ ਬੰਦ ਨਹੀਂ ਕਰਵਾ ਰਹੇ। ਅਤੇ ਮਾਨਸਾ ਦੇ ਵਿੱਚ ਚੱਲਿਆ, ਉਸ ਤੋਂ ਬਾਅਦ ਇੱਕ ਵੀਰ ਨੇ ਹੋਰ ਪਿੰਡ ਖਿਆਲੇ ਤੋਂ ਓਪਨ ਬੋਰਵੈੱਲ ਦਾ ਵੀਡੀਓ ਬਣਾ ਕੇ ਭੇਜਿਆ ਅਤੇ ਤੀਸਰਾ ਬੋਰਵੈੱਲ ਅੱਜ ਫਿਰ ਪਿੰਡ ਖਿਆਲੇ ਦੇ ਵਿੱਚ ਨਿਕਲ ਗਿਆ। ਪੰਜਾਬ ਸਰਕਾਰ ਨੂੰ ਜਿਹੜਾ ਉਹਨਾਂ ਦੇ ਅਫਸਰ ਸਿਆਹੀ ਹੈਗੀ ਹੈ, ਜ਼ਿਲ੍ਹਾ ਪ੍ਰਸ਼ਾਸਨ ਹੈਗਾ, ਉਹਨਾਂ ਨੇ ਗਲਤ ਐਫੀਡੈਵਿਟ ਅਤੇ ਗਲਤ ਰਿਕਾਰਡ ਭੇਜਿਆ ਹੈ ਵੀ ਜਿਹੜੇ ਸਾਰੇ ਅਸੀਂ ਬੋਰਵੈੱਲ ਬੰਦ ਕਰ ਦਿੱਤੇ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਜੋ ਕਿ ਇੱਕ ਸੰਜੀਦਾ ਤੌਰ 'ਤੇ ਕੰਮ ਕਰਨਾ ਚਾਹੁੰਦੇ ਸੀਗੇ, ਪਰ ਉਹਨਾਂ ਦੀ ਜਿਹੜੀ ਅਫਸਰਸ਼ਾਹੀ ਹੈ ਉਹ ਗਰਾਊਂਡ ਤੋਂ ਉਹਨਾਂ ਨੂੰ ਗਲਤ ਰਿਪੋਰਟਾਂ ਭੇਜ ਰਹੀ ਹੈ ਅਤੇ ਗਲਤ ਜਿਹੜੀ ਰਿਪੋਰਟਿੰਗ ਹੋ ਰਹੀ ਹੈ, ਜਿਸ ਕਾਰਨ ਜਿਹੜੀ ਪੰਜਾਬ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ ਅਤੇ ਜਿਹੜੇ ਬਹੁਤ ਵੱਡੀ ਗਿਣਤੀ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਬੋਰਵੈੱਲ ਜਿਹੜੇ ਹੈਗੇ ਓਪਨ ਹੈਗੇ ਅਤੇ ਉਹ ਸਾਹਮਣੇ ਆ ਰਹੇ ਆ। ਪੰਜਾਬ ਜਿਹੜੀ ਜਿਹੜੇ ਅਫਸਰ ਹੈਗੇ ਆ ਜਾਂ ਪ੍ਰਸ਼ਾਸਨ ਅਧਿਕਾਰੀ ਆ ਉਹਨਾਂ ਨੂੰ ਸਹੀ ਰਿਪੋਰਟਾਂ ਸਰਕਾਰ ਕੋਲ ਭੇਜਣੇ ਚਾਹੀਦੇ ਹਨ, ਕਿਉਂਕਿ ਜੇ ਉਹ ਸਹੀ ਰਿਪੋਰਟ ਭੇਜਣਗੇ ਤਾਂ 100% ਕੋਈ ਚੀਜ਼ ਨਹੀਂ ਲਾਗੂ ਕਰ ਸਕੇ ਜਾਂ ਨਹੀਂ ਹੋਈ ਤਾਂ ਸਰਕਾਰ ਉਸ ਨੂੰ ਲਾਗੂ ਕਰ ਸਕੇ। ਜਿਹੜੀਆਂ ਇਹਨਾਂ ਨੇ 100% ਵਾਲੀਆਂ ਜਾਂ ਆਪਦੀ ਵਾਹਵਾ ਲਈ ਜਿਹੜੀਆਂ ਜਿਹੜੀਆਂ ਗਲਤ ਰਿਪੋਰਟਾਂ ਬਣਾਉਂਦੇ ਆ ਉਹ ਬਹੁਤ ਵੱਡੀ ਗਾਹਾਂ ਨੂੰ ਫਤਿਹਵੀਰ ਵਰਗੀ ਹੋਰ ਕਿਸੇ ਬੱਚੇ ਦੀ ਜਾਨ ਲੈ ਸਕਦੇ ਆ ਅਤੇ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਵੀ ਉਹ ਸਹੀ ਰਿਪੋਰਟਾਂ ਬਣਾ ਕੇ ਜਿਹੜੀ ਗਰਾਊਂਡ ਦੀ ਰਿਪੋਰਟ ਹੈ ਉਹ ਪੰਜਾਬ ਸਰਕਾਰ ਨੂੰ। ਦੂਜੇ ਪਾਸੇ ਇਸ ਮਾਮਲੇ 'ਤੇ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਜਿੱਥੇ ਵੀ ਇਨਫੋਰਮੇਸ਼ਨ ਮਿਲਦੀ ਹੈ ਉਹ ਬੋਰਵੈੱਲ ਬੰਦ ਕਰ ਦਿੱਤੇ ਜਾਂਦੇ ਨੇ ਅਤੇ ਬਾਕੀ ਜਿਨ੍ਹਾਂ ਦੀ ਪਰਸਨਲ ਪ੍ਰੋਪਰਟੀ ਦੇ ਅੰਦਰ ਬੋਰਵੈੱਲ ਮੌਜੂਦ ਨੇ ਉਹਨਾਂ ਨੂੰ ਖੁਦ ਬੰਦ ਕਰਨੇ ਚਾਹੀਦੇ ਨੇ ਜਾਂ ਸਰਕਾਰੀ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਜਾਂ ਤਾਂ ਉਹਨੂੰ ਆਪ ਹੀ ਢੱਕ ਲੈਣਾ ਚਾਹੀਦਾ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਘੱਟੋ ਘੱਟ ਦੱਸ ਦੇਣਾ ਚਾਹੀਦਾ, ਨਹੀਂ ਤਾਂ ਇਹ ਹੈ ਵੀ ਤੁਹਾਨੂੰ ਪਤਾ ਵੀ ਵਰਕਲੋਡ ਜ਼ਿਆਦਾ ਹੈ ਅਤੇ ਜਿਹੜੇ ਇੰਪਲਾਈ ਨੇ ਉਹ ਸਮਟਾਈਮਸ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਸ ਸਟੇਟ ਦੇ ਵਿੱਚ ਕੋਈ ਬੋਰ ਗੱਲ ਵੀ ਹੈ, ਤਾਂ ਮੈਂ ਸਮਝਦਾ ਵੀ ਜਿੰਨੇ ਸਾਡੇ ਨਾਗਰਿਕ ਨੇ ਚਾਹੇ ਪੇਂਡੂ ਨੇ ਚਾਹੇ ਸ਼ਹਿਰੀ ਨੇ ਉਹਨਾਂ ਨੂੰ ਆਪਣੀ ਇੱਕ ਜ਼ਿੰਮੇਵਾਰੀ ਜ਼ਰੂਰ ਸਹਿਤਾ ਨਾਲ ਸਮਝਣੀ ਚਾਹੀਦੀ ਹੈ ਵੀ ਜਿੱਥੇ ਕਿਤੇ ਬੋਰ ਗੱਲ ਹੈ ਉਹਨੂੰ ਢੱਕ ਲੈਣ ਤਾਂ ਕਿ ਕੋਈ ਇਹ ਨਾ ਹੋਵੇ ਉਹਨਾਂ ਦੇ ਆਪ ਦੇ ਪਰਿਵਾਰ ਦੇ ਕਿਸੇ ਦਾ ਨੁਕਸਾਨ ਹੋਵੇ, ਕਿਉਂਕਿ ਕਿਸੇ ਪ੍ਰੋਪਰਟੀ 'ਚ ਬਾਹਰਲਾ ਬੰਦਾ ਤਾਂ ਛੇਤੀ ਕੀਤੇ ਜਾਂਦਾ ਨਹੀਂ, ਜੇ ਉਹਨਾਂ ਦਾ ਹੀ ਬੰਦਾ ਜਾਂਦਾ ਆਹ ਇੱਕ ਜਿਹੜਾ ਬੋਰਵੈੱਲ ਤੁਸੀਂ ਮੈਨੂੰ ਫੋਟੋ ਦਿਖਾਈ ਹੈ ਇਸ ਤਰ੍ਹਾਂ ਬੋਰਵੈੱਲ ਹੈ ਇਹਦੇ ਵਿੱਚ ਤਾਂ ਸੱਤ ਸੂਤ ਦਾ ਬੰਦਾ ਵੀ ਡਿੱਗ ਸਕਦਾ, ਇੱਕ ਕਿਸਮ ਦੀ ਜਿਹੜੀ ਛੋਟੀ ਕੋਹੀ ਕਹਿ ਸਕਦੇ ਹਾਂ, ਤਾਂ ਇਹ 'ਤੇ ਜ਼ਰੂਰ ਗੰਭੀਰਤਾ ਨਾਲ ਸੋਚਣਾ ਚਾਹੀਦਾ। ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਜਿਹੜੇ ਦਾਅਵੇ ਕਰ ਰਹੀ ਹੈ ਕਿ ਸਾਰੇ ਕਿਤੇ ਜਿਹੜੇ ਬੋਰਵੈੱਲ ਨੇ ਉਹ ਬੰਦ ਕਰ ਦਿੱਤੇ ਗਏ ਨੇ, ਪਰ ਮਾਨਸਾ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨ ਦੇ ਦਾਅਵਿਆਂ ਦੇ ਫੂਕ ਕੱਢੀ ਜਾ ਰਹੀ ਹੈ ਇਸ ਸਮੇਂ। ਜਿਹੜਾ ਕਿ ਮਾਨਸਾ ਜ਼ਿਲ੍ਹੇ ਦਾ ਪਿੰਡ ਹੈਗਾ ਖਿਆਲਾ, ਜਿੱਥੇ ਇਸ ਸਮੇਂ ਦੇਖਿਆ ਜਾਵੇ ਤਾਂ ਬੋਰਵੈੱਲ ਹਲੇ ਵੀ ਖੁੱਲ੍ਹਾ ਹੈਗਾ ਜੋ ਕਿ ਕਿਸੇ ਫਤਿਹਵੀਰ ਦੀ ਉਡੀਕ ਕਰ ਰਿਹਾ। ਇਸ ਸਮੇਂ ਤੁਹਾਨੂੰ ਦਿਖਾ ਸਕਦੇ ਅਸੀਂ ਤਸਵੀਰਾਂ ਬੋਰਵੈੱਲ ਦੀਆਂ, ਜਿੱਥੇ ਕਿ ਬੋਰਵੈੱਲ ਤੁਹਾਨੂੰ ਬਿਲਕੁਲ ਖੁੱਲ੍ਹਾ ਸ਼ਰੇਆਮ ਦਿਖਾਈ ਦੇਵੇਗਾ। ਕਾਫੀ ਵੱਡੀ ਪੈਪ ਆ ਤਾਹਾਂ ਤੋਂ ਜਿਹੜੀ ਖੁੱਲ੍ਹੀ ਹੀ ਪਈ ਆ, ਪਰ ਸਰਕਾਰ ਦੇ ਦੁਆਰਾ ਜਿਹੜੇ ਕਹੇ ਗਏ ਆ ਉਹ ਇਹ ਆ ਕਿ ਹੁਣ ਸਾਰੇ ਬੋਰਵੈੱਲ ਜਿਹੜੇ ਬੰਦ ਕਰ ਦਿੱਤੇ ਗਏ ਆ। ਇਸ ਸਮੇਂ ਇਹ ਬੋਰ ਇਸੇ ਤਰ੍ਹਾਂ ਖੁੱਲ੍ਹਾ ਚੱਲ ਰਿਹਾ, ਇੱਥੇ ਆ ਕੇ ਕੋਈ ਵੀ ਨਵਾਂ ਫਤਿਹਵੀਰ ਇੱਥੇ ਆਪਦੀ ਜ਼ਿੰਦਗੀ ਤੋਂ ਮਤਲਬ ਆਪਦੀ ਜ਼ਿੰਦਗੀ ਖਤਮ ਕਰ ਸਕਦਾ ਗਾ। ਮਾਨਸਾ ਤੋਂ ਡੇਲੀ ਪੋਸਟ ਲਈ ਮਨੀਸ਼ ਸ਼ਰਮਾ।
ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।